ਹੱਕ ਆ ਜਿਹੜਾ ਉਹ ਜੇ ਸਾਨੂੰ ਪਾਣੀ ਦਾ ਮਿਲ ਜੇ ਤਾਂ ਮੈਂ ਸਮਝਦਾ ਉਹ ਕੋਈ ਵੀ ਉਹ ਚ ਮਾੜੀ ਗੱਲ ਨਹੀਂ। ਜਿਹੜਾ ਬੈਂਸ ਸਾਹਿਬ ਨੇ ਜੇ ਉਹ ਗੱਲ ਕਰਦੇ ਆ ਤੇ ਮੈਂ ਸਮਝਦਾ ਉਹ ਵੀ ਸਾਰੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨ 'ਚ ਸਾਰਾ ਪੜ੍ਹ ਲਿਖ ਕੇ ਉਹ ਗੱਲ ਕਰ ਰਹੇ ਆ ਅਤੇ ਜ਼ਰੂਰ ਜਿਹੜੀ ਉਹਨਾਂ ਦੀ ਗੱਲ ਆ ਇਹ ਸਾਰਥਿਕ ਹੋਵੇਗੀ ਅਤੇ ਇਸ ਗੱਲ ਨੂੰ ਕਦੇ ਨਾ ਕਦੇ ਬੂਰ ਜਿਹੜਾ ਜ਼ਰੂਰ ਪਏਗਾ। ਪੰਜਾਬ ਦੇ ਕਈ ਅਜਿਹੇ ਮੁੱਦੇ ਨੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਨੇ ਅਤੇ ਇਹ ਮੁੱਦੇ ਹੁਣ ਤੱਕ ਹੱਲ ਨਹੀਂ ਹੋ ਸਕੇ। ਉਹਨਾਂ ਵਿੱਚੋਂ ਇੱਕ ਮੁੱਦਾ ਹੀ ਹੈ ਪਾਣੀਆਂ ਦਾ ਮੁੱਦਾ, ਭਾਵੇਂ ਉਹ SYL ਦਾ ਹੋਵੇ ਜਾਂ ਫਿਰ ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਵਸੂਲਣ ਦਾ। ਸ਼ਾਇਦ ਇਹ ਮੁੱਦੇ ਹੁਣ ਤੱਕ ਇਸ ਲਈ ਨਹੀਂ ਹੱਲ ਹੋ ਪਾਏ ਕਿਉਂਕਿ ਇਹਨਾਂ ਮੁੱਦਿਆਂ 'ਤੇ ਜੇਕਰ ਇੱਕ ਪਾਰਟੀ ਨੇ ਆਵਾਜ਼ ਬੁਲੰਦ ਕੀਤੀ ਤਾਂ ਦੂਜੀ ਪਾਰਟੀ ਨੇ ਸਿਆਸਤ ਸ਼ੁਰੂ ਕਰ ਦਿੱਤੀ। ਬਹੁਤ ਘੱਟ ਵਾਰ ਵੇਖਣ ਨੂੰ ਮਿਲਦਾ ਕਿ ਜਦੋਂ ਇੱਕ ਪਾਰਟੀ ਕਿਸੇ ਮੁੱਦੇ ਨੂੰ ਲੈ ਕੇ ਆਵਾਜ਼ ਬੁਲੰਦ ਕਰਦੀ ਹੈ ਤਾਂ ਦੂਜੀ ਪਾਰਟੀ ਉਸਦਾ ਸਾਥ ਦੇਣ ਲੱਗ ਜਾਵੇ। ਅਜਿਹਾ ਹੀ ਰਾਜਨੀਤੀ ਤੋਂ ਉੱਤੇ ਉੱਠ ਕੇ ਰਵਨੀਤ ਬਿੱਟੂ ਨੇ ਕੀਤਾ। ਜੀ ਹਾਂ, ਸਾਡਾ ਪਾਣੀ ਸਾਡਾ ਹੱਕ ਮੁਹਿੰਮ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਚਲਾਈ ਗਈ ਅਤੇ ਇਸੇ ਮੁਹਿੰਮ ਤਹਿਤ ਬੈਂਸ ਨੇ ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਵਸੂਲਣ ਲਈ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਲਈ ਆਖਿਆ। ਇਸ ਮੁੱਦੇ ਤੇ ਹੁਣ ਤੱਕ ਤਾਂ ਵਿਰੋਧੀ ਪਾਰਟੀਆਂ ਕੁਝ ਨਾ ਬੋਲੀਆਂ, ਪਰ ਹੁਣ ਕਾਂਗਰਸ ਦੇ ਹੀ MP ਰਵਨੀਤ ਸਿੰਘ ਬਿੱਟੂ ਨੇ ਸਿਮਰਜੀਤ ਸਿੰਘ ਬੈਂਸ ਦਾ ਸਾਥ ਦਿੱਤਾ। ਉਹਨਾਂ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਬਿਲਕੁਲ ਸਹੀ ਕੰਮ ਕਰ ਰਹੇ ਨੇ ਅਤੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਕੰਮ ਕਾਨੂੰਨ ਵਿੱਚ ਰਹਿ ਕੇ ਕੀਤਾ ਜਾ ਰਿਹਾ। ਪਹਿਲਾਂ ਤੁਸੀਂ ਵੀ ਸੁਣੋ ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਦਿੱਤਾ ਗਿਆ ਇਹ ਬਿਆਨ। ਦੇਖੋ ਜੀ, ਗੱਲ ਸਿੱਧੀ ਆ, ਜਿਹੜੀ ਜੇ ਪੰਜਾਬ ਦੀ ਚੀਜ਼ ਕੋਈ ਕਿਸੇ ਨੂੰ ਜਾਂਦੀ ਆ ਤੇ 100% ਅਸੀਂ ਜੇ ਕੋਈ ਚੀਜ਼ ਬਾਹਰੋਂ ਲੈ ਕੇ ਆਉਂਦੇ ਹਾਂ ਤੇ ਅਸੀਂ ਵੀ ਪੈਸੇ ਦੇ ਕੇ ਲੈ ਕੇ ਆਉਂਦੇ ਹਾਂ ਕੋਈ ਵੀ ਚੀਜ਼। ਜਿਹੜੀ ਬੈਂਸ ਸਾਹਿਬ ਗੱਲ ਕਰ ਰਹੇ ਆ, ਟੈਕਨੀਕਲੀ ਕਾਨੂੰਨੀ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਤਾਂ ਬੜੇ ਬੜੇ ਕਾਨੂੰਨ ਕੱਢ ਕੇ ਮੂਹਰੇ ਰੱਖ ਦਿੰਦੇ ਆ ਵੀ ਆਹ ਜੀ ਆਹ ਜੀ, ਪਰ ਗੱਲ ਪਾਣੀ ਤਾਂ ਜਾਂਦਾ ਹੀ ਹੈ ਇਹਨਾਂ ਦੀ। ਚਲੋ ਅਸੀਂ ਇਹ ਵੀ ਮੰਨਦੇ ਹਾਂ ਵੀ ਦੇਸ਼ ਸਭ ਦਾ ਹੈ, ਕੋਈ ਹੁਣ ਜਿਹੜੇ ਰਾਜ ਨੇ ਸਟੇਟਾਂ ਨੇ ਉਹ ਅਲੱਗ ਅਲੱਗ ਨਹੀਂ ਗਿਆ, ਸਾਡੇ ਦੇਸ਼ 'ਚ ਇੱਕ ਆ। ਪਰ ਅੱਜ ਅਸੀਂ ਤਕਲੀਫ 'ਚ ਹਾਂ, ਅੱਜ ਅਸੀਂ ਬੜੇ ਔਖੇ ਸਮੇਂ 'ਚ ਹਾਂ ਅਤੇ ਇਸ ਕਰਕੇ ਜੇ ਸਾਨੂੰ ਮੁਆਵਜ਼ਾ, ਜਿਹੜਾ ਸਾਡਾ ਮੁਆਵਜ਼ਾ ਤਾਂ ਮੈਂ ਨਹੀਂ ਕਹੂੰਗਾ, ਸਾਡਾ ਹੱਕ ਆ ਜਿਹੜਾ ਉਹ ਜੇ ਸਾਨੂੰ ਪਾਣੀ ਦਾ ਮਿਲ ਜੇ ਤਾਂ ਮੈਂ ਸਮਝਦਾ ਉਹ ਕੋਈ ਵੀ ਉਹ 'ਚ ਮਾੜੀ ਗੱਲ ਨਹੀਂ। ਮੈਂ ਤਾਂ ਇਸ ਗੱਲ 'ਤੇ ਜਿਹੜਾ ਬੈਂਸ ਸਾਹਿਬ ਨੇ ਜੇ ਉਹ ਗੱਲ ਕਰਦੇ ਆ ਅਤੇ ਮੈਂ ਸਮਝਦਾ ਉਹ ਵੀ ਸਾਰੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨ 'ਚ ਸਾਰਾ ਪੜ੍ਹ ਲਿਖ ਕੇ ਉਹ ਗੱਲ ਕਰ ਰਹੇ ਆ ਅਤੇ ਜ਼ਰੂਰ ਜਿਹੜੀ ਉਹਨਾਂ ਦੀ ਗੱਲ ਆ ਇਹ ਸਾਰਥਿਕ ਹੋਵੇਗੀ ਅਤੇ ਇਸ ਗੱਲ ਨੂੰ ਕਦੇ ਨਾ ਕਦੇ ਬੂਰ ਜਿਹੜਾ ਜ਼ਰੂਰ ਪਏਗਾ। ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵੱਲੋਂ ਹੁਣ ਇੱਕ ਪੋਸਟ ਫੇਸਬੁੱਕ 'ਤੇ ਪਾਈ ਗਈ ਹੈ ਅਤੇ ਇਸ ਦੇ ਨਾਲ ਰਵਨੀਤ ਸਿੰਘ ਬਿੱਟੂ ਦੀ ਉਹ ਵੀਡੀਓ ਵੀ ਜੋੜੀ ਗਈ ਹੈ। ਸਿਮਰਜੀਤ ਸਿੰਘ ਬੈਂਸ ਨੇ ਲਿਖਿਆ ਹੈ ਕਿ ਰਵਨੀਤ ਸਿੰਘ ਬਿੱਟੂ ਜੀ ਤੁਹਾਡਾ ਧੰਨਵਾਦ, ਆਸ ਕਰਦੇ ਹਾਂ ਕਿ ਤੁਸੀਂ ਲੋਕ ਸਭਾ ਵਿੱਚ ਵੀ ਪਾਣੀ ਦੇ ਮੁੱਦੇ 'ਤੇ ਆਪਣੀ ਆਵਾਜ਼ ਬੁਲੰਦ ਕਰੋਗੇ ਅਤੇ ਤੁਹਾਡੀ ਪਾਰਟੀ ਦੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਤਿਕਾਰਯੋਗ ਸਾਰੇ ਲੀਡਰਾਂ ਨੂੰ ਵੀ ਰਾਜਸਥਾਨ ਤੋਂ ਪਾਣੀ ਦੀ ਕੀਮਤ ਲੈਣ ਲਈ ਪ੍ਰੇਰਿਤ ਕਰੋ ਤਾਂ ਜੋ ਪੰਜਾਬ ਕੰਗਾਲੀ ਦੇ ਹਾਲਾਤਾਂ ਵਿੱਚੋਂ ਨਿਕਲ ਕੇ ਖੁਸ਼ਹਾਲੀ ਦੇ ਰਾਹ 'ਤੇ ਤੁਰ ਸਕੇ। ਖੈਰ, ਰਵਨੀਤ ਸਿੰਘ ਬਿੱਟੂ ਵੱਲੋਂ ਤਾਂ ਸਿਮਰਜੀਤ ਸਿੰਘ ਬੈਂਸ ਵੱਲੋਂ ਚਲਾਈ ਮੁਹਿੰਮ ਦਾ ਸਾਥ ਦਿੱਤਾ ਗਿਆ, ਪਰ ਵੇਖਣਾ ਇਹੀ ਹੋਵੇਗਾ ਕਿ ਬਾਕੀ ਦੇ ਲੀਡਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਬਿਆਨ ਜਾਰੀ ਹੁੰਦਾ ਜਾਂ ਫਿਰ ਉਹ ਅਜੇ ਤੱਕ ਇਸ ਮਾਮਲੇ ਨੂੰ ਸਿਆਸਤੀ ਰੂਪ ਹੀ ਦੇਣਾ ਚਾਹੁੰਦੇ ਹੋਣਗੇ।
ਲੋਕ ਤਾਂ ਹੁਣ ਤੱਕ ਇਹੀ ਕਹਿੰਦੇ ਆ ਰਹੇ ਨੇ ਕਿ ਜੇਕਰ ਪੰਜਾਬ ਨੂੰ ਕਿਸੇ ਨੇ ਡੋਪਿਆ ਤਾਂ ਉਹ ਸਿਆਸਤਦਾਨਾਂ ਨੇ। ਪਰ ਜੇਕਰ ਰਮਨੀਤ ਸਿੰਘ ਬਿੱਟੂ ਵਾਂਗ ਸਭ ਸਿਆਸਤ ਤੋਂ ਉੱਤੇ ਉੱਠ ਕੇ ਗੱਲਾਂ ਕਰਨ ਲੱਗ ਜਾਣ ਤਾਂ ਪੰਜਾਬ ਸੱਚਮੁੱਚ ਖੁਸ਼ਹਾਲੀ ਦੇ ਰਾਹ 'ਤੇ ਜ਼ਰੂਰ ਆ ਜਾਏਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।